ਮੈਂ ਉਹਨਾਂ ਲੱਭਣ ਤੁਰਿਆ ਜਾਂਦਾ ਸੀ ਤਾਂ ਤਿੰਨ ਚਾਰ ਬੰਦੇ ਖੜੇ ਸੀ ਨੌਜਵਾਨ ਜਿਨ੍ਹਾਂ ਦੇ ਦੋ ਤਿੰਨ ਤਿੰਨ ਬੰਦੂਕਾਂ ਸੀ ਹੱਥ ਦੇ ਵਿੱਚ ਇੱਕ ਐਸ ਮੋਡੇ ਤੇ ਇੱਕ ਐਸ ਮੋਡੇ ਤੇ ਪਾਈ ਸੀ ਤੇ ਇੱਕ ਇੱਕ ਹੱਥ ਛੜੀ ਹੋਈ ਉਹ ਮੇਰਾ ਜਿਹੜਾ ਇੱਕ ਲੜਕਾ ਮਿਡਲ ਸੰ ਉਹ ਬੜਾ ਕਿਊਰੀਅਸ ਆ ਮੈਨੂੰ ਕਹਿੰਦਾ ਕਹਿੰਦਾ ਡੈਡ ਇਹਨਾਂ ਕੋਲ ਬੰਦੂਕਾਂ ਕਿਉਂ ਹੈਂਦਾ ਕਹਿੰਦਾ ਜਦੋਂ ਅਸੀਂ ਬੈਂਕੂਰ ਗੁਰਦਾਰੇ ਕਦੇ ਜਾਇਦਾ ਉੱਥੇ ਤਾਂ ਕੋਈ ਬੰਦੂਕ ਨਹੀਂ ਕਿ ਸਕੇ ਕੋਈ ਹੱਥ ਆਰ ਨਹੀਂ ਵੇਈ ਕਿਉਂ ਬੰਦੂਕਾਂ ਲਈ ਫਿਰਦੇ ਆ ਉਹਨੂੰ ਪੰਜਾਬੀ ਤਾਂ ਆਉਂਦੀ ਨਹੀਂ ਸੀ ਮੈਂ ਉਹਨੂੰ ਕਿਹਾ ਲੇਕਿਨ ਮੈਂ ਕਿਹਾ ਵਾਈਡ ਯੂ ਅਸਕ ਧਮ ਉਹ ਉਹਨਾਂ ਨੂੰ ਪੁੱਛਣ ਚਲੇ ਗਿਆ ਵੀ ਵਾਈਡ ਯੂ ਹੈਵ ਗਨਸ ਇਨ ਦਾ ਟੈਂਪੋ ਉਹ ਮੈਨੂੰ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਅੰਗਰੇਜ਼ੀ ਤਾਂ ਆਉਂਦੀ ਨਹੀਂ ਸੀ ਉਹ ਕਹਿੰਦੇ ਬਾਬੂ ਜੀ ਮੁੰਡਾ ਕੀ ਕਹਿੰਦਾ ਮੈਂ ਕਿਹਾ ਮੁੰਡਾ ਕਹਿੰਦਾ ਵੀ ਤੁਸੀਂ ਗੁਰਦੁਆਰੇ 'ਚ ਹਥਿਆਰ ਕਿਉਂ ਲਈ ਫਿਰਦੇ ਆ ਤਾਂ ਉਹ ਕਹਿੰਦਾਈ ਸਾਨੂੰ ਗੁਰੂ ਦੀ ਮੇਰੇਆ ਗੁਰੂ ਨੇ ਸਾਨੂੰ ਹੁਕਮ ਦਿੱਤਾ ਆਗਿਆ ਦਿੱਤੀ ਅਸੀਂ ਅਸਰਿਆ ਮੈਂ ਕਿਹਾ ਗੁਰੂ ਨੇ ਤੁਹਾਨੂੰ ਕਿਰਪਾਨ ਦੀ ਆਗਿਆ ਦਿੱਤੀ ਸੀ ਗੰਜ਼ੇ ਆ ਗਏ ਨੇ ਦਿੱਤੀ ਸੀ ਮੈਂ ਕਿਹਾ ਜੇ ਹੁਣ ਤਾਂ ਟੈਂਕ ਵੀ ਹੈਗੇ ਆ AK 47s ਵੀ ਆਈਆਂ ਉਹ ਵੀ ਲੈ ਆਓ ਤੇ ਜੇ ਹਥਿਆਰ ਬੰਦੇ ਹੀ ਹੋਣਾ ਉਹਦਾ ਤਾਂ ਕੋਈ ਲਿਮਟ ਨਹੀਂ ਤਾਂ ਉਹ ਉਹ ਡੈਂਬਰ ਰਹਿ ਗਏ ਤੁਸੀਂ ਹੈ ਕਿੱਥੇ ਕਿੱਥੋਂ ਕਹਿੰਦੇ ਮੈਂ ਕਿਹਾ ਮੈਂ ਇੱਥੋਂ ਹੀ ਹਾਂ ਨਹੀਂ ਨਹੀਂ ਤੁਸੀਂ ਇੱਥੇ ਵਾਲੇ ਵਾਂਗੂ ਬੋਲਦੇ ਨਹੀਂ ਮੈਂ ਕਿਹਾ ਮੈਂ ਇੱਥੋਂ ਹੀ ਹਾਂ ਮੈਂ ਇੱਥੋਂ ਦਾ ਜੰਪੜਿਆ ਮੈਂ ਬਾਹਰ ਗਿਆ ਮੈਂ ਉਹਦੇ ਬੱਚਿਆਂ ਨੂੰ ਲੈ ਕੇ ਆਇਆ ਸੋ ਉਹ ਹਾਲੋ ਕਹਿੰਦੇ ਤੁਸੀਂ ਸੰਤਾਂ ਨੂੰ ਜ਼ਰੂਰ ਮਿਲੋ ਮੈਂ ਤੁਸੀਂ ਸੰਤ ਨੂੰ ਮਿਲੇ ਆ ਕਦੇ ਮੈਂ ਕਹਿੰਦਾ ਮੈਂ ਤਾਂ ਮਿਲਿਆ ਨਹੀਂ ਮੇਰਾ ਮੈਂ ਮੇ ਤੁਹ ਕਾ ਹੋ ਗਿਆ ਮੈਂ ਬਲੰਟ ਐ ਥੋੜਾ ਜਿਹਾ ਕਿ ਇਹ ਦਮ ਮੇਰੀ ਵਾਈਫ ਮੈਨੂੰ ਤੱਕੇ ਮਾਰ ਦਿੰਦੇ ਆ ਮੈਂ ਕਹਿੰਦਾ ਜੀ ਮੇਰਾ ਕੋਈ ਮਿਲਣ ਦਾ ਇਰਾਦਾ ਵੀ ਨਹੀਂ ਤਾਂ ਉਹ ਫਿਰ ਹੋਰ ਸਗੋਂ ਕਹਿੰਦੇ ਤੁਸੀਂ ਜ਼ਰੂਰ ਮਿਲੋ ਸੰਤਾਂ ਨੂੰ ਤੁਹਾਨੂੰ ਪਤਾ ਨਹੀਂ ਤੁਸੀਂ ਉਹਨਾਂ ਨੂੰ ਜਾਣਦੇ ਨਹੀਂ ਮੈਂ ਕਹਾ ਮੈਂ ਸੰਤ ਲੋਂਗਵਾਲ ਨੂੰ ਲੱਭਦਾ ਸੀ ਉਹਨਾਂ ਨੂੰ ਮਿਲਦਾ ਸੀ ਮੈਂ ਅਨੀ ਮੱਲੋ ਮੱਲੀ ਜੀ ਕਹਿੰਦੇ ਜ਼ਰੂਰ ਮਿਲੋ ਤੁਸੀਂ ਉਹ ਸਾਡੇ ਪਰਸ ਜੈ ਖੋਈ ਜਾਣ ਮੇਰੀ ਵਾਈਫ ਤੋਂ ਪਿਆਸੀ ਰੱਖ ਲੈਣਾ ਤੁਸੀਂ ਜਾਓ ਉੱਤੇ ਸਾਨੂੰ ਲੈ ਗਿਆ ਉੱਤੇ ਅਸੀਂ ਚਲੇਗਾ ਜੀ ਫਿਰ ਤਕਰੀਬਨ ਪੌਣਾ ਘੰਟਾ ਘੰਟਾ ਉਹਨਾਂ ਦੇ ਨਾਲ ਬੈਸ ਹੋਈ ਉਹ ਗੱਲਾਂ ਕਰਦੇ ਸੀ ਬੈਠੇ ਕਿਸੇ ਦੇ ਨਾਲ ਤਾਂ ਮੈਂ ਚਲੇ ਗਿਆ ਮੈਂ ਸਸ਼ੀਗਤ ਲਈ ਮੈਂ ਵੀ ਬੈ ਗਿਆ ਲੋਕ ਤਾਂ ਮੱਥਾ ਟੇਕਦੇ ਸੀ ਮੈਂ ਕਦੇ ਜ਼ਿੰਦਗੀ ਵਿੱਚ ਕਿਸੇ ਮਨੁੱਖ ਨੂੰ ਮੱਥਾ ਨਹੀਂ ਟੇਕਿਆ ਤੇ ਮੈਂ ਸਸ਼ੀਗਤ ਲਈ ਤਾਂ ਮੈਂ ਬੈ ਗਿਆ ਕੋ ਤੇ ਬੱਚੇ ਮੇਰੇ ਪਿੱਛੇ ਬੈਗਾ ਵਾਈਫ ਵੀ ਮੇਰੇ ਪਿੱਛੇ ਬੈਗਾ ਤੇ ਮੇਰੀ ਬੈਗ ਖਰਾਬ ਆ ਤੇ ਮੈਂ ਇਦਾਂ ਇਦਾਂ ਪਿੱਛੇ ਹੱਥ ਰੱਖ ਕੇ ਬਹਿਣਾ ਹੁੰਦਾ ਤੇ ਗੱਲਾਂ ਸ਼ੁਰੂ ਹੋ ਗਈਆਂ ਵਾਲ ਰੱਖਣਦਿਆਂ ਨਾ ਵਾਲ ਰੱਖਣਦਿਆਂ ਬਹੁਤ ਕੁਝ ਕਿਹਾ ਉਹਨਾਂ ਨੇ ਆਦਮ ਆਦਮੀ ਜਨਾਂ ਦਾ ਮਾਵੇ ਤਾਂ ਨਹੀਂ ਆਦਮੀ ਆਗਰ ਨਾਲੇ ਬੈਠੇ ਬੇਰਟ ਲੱਗਿਓ ਇਦਾਂ ਕਰਦੇ ਤਾਂ ਫਿਰ ਬੰਦੇ ਨੂੰ ਦਮ ਨਹੀਂ ਆਉਂਦਾ ਹੀ ਸੈਡ ਲੋਟ ਆਫ ਥਿੰਗਸ ਤੇ ਮੈਂ ਕਿਹਾ ਵੀ ਵਾਲ ਨਹੀਂ ਮੈਂ ਰੱਖਨੇ ਫਿਰ ਦਨ ਹਰਾਮ ਦਾ ਕੋਣ ਹੁੰਦਾ ਆਦਮੀ ਕੋਣ ਹੁੰਦਾ lots of conversation ਕਿੰਨਾ ਚਿਰ ਲੱਗ ਰਿਹਾ ਜਦੋਂ ਮੈਂ ਕਹੇ ਮੈਂ ਵਾਲ ਨਹੀਂ ਰੱਖਨੇ ਮੈਂ ਤੁਹਾਨੂੰ ਕਿਹਾ ਨਹੀਂ ਵਾਲ ਰੱਖੇ then finally he said ਆ ਕਹੇ ਨਾ ਸੱਚ ਪਹਿਲਾਂ ਜਦੋਂ ਨਾ ਜਦੋਂ ਗੱਲ ਹੋਣ ਲੱਗੀ ਮੈਂ ਬੈਠਾ ਸੀ ਜਦੋਂ ਮੇਰੇ ਨਾਲ ਗੱਲ ਕਰਨ ਲੱਗੇ ਨਾ ਮੈਂ ਖੜ ਕੇ ਤੁਹਾਡੇ ਨਾਲ ਗੱਲ ਕਰਨੀ ਮੈਂ ਖੜਿਆ ਮੈਂ ਕਿਹਾ ਤੁਹਾਨੂੰ ਇਤਰਾਜ਼ ਤਾਂ ਨਹੀਂ ਮੈਂ ਬੈਠਾ ਰਹਾ ਕਹਿੰਦੇ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਕਿਹਾ ਠੀਕ ਹੈ ਸੋ ਉਹ ਗੱਲਾਂ ਹੋ ਗਈਆਂ ਫਾਈਨਲੀ ਜਦੋਂ ਉਹ ਕਹਿੰਦੇ ਨਾ ਵੀ ਇਹ ਘਰ ਦੀ ਖੇਤੀ ਆ ਉਹ ਅੱਕ ਗਿਆ ਥੋੜਾ ਵੀ ਘਰ ਦੀ ਖੇਤੀ ਆ ਯਾਰ ਜਦੋਂ ਜਦੋਂ ਨਾ ਨਾ ਕੱਟੇ ਤਾਂ ਹੋ ਜਾਣੀਆਂ ਤਾਂ ਮੈਂ ਕਹਾਂ ਜੀ ਮੈਂ ਇਹਦਾ ਕਰੂੰਗਾ ਪੰਜ ਸੱਤ ਸਲੀਪਿੰਗ ਪिल्स ਲੈ ਲਊਗਾ ਫਿਰ ਮੈਂ ਕੱਠਾ ਉਠੂ ਤਾਂ ਦਾੜਾ ਸੁ ਉਹ ਗਿਆ ਹੋ ਉਹ ਉਹਨਾਂ ਨੂੰ ਮੈਨੂੰ ਨਹੀਂ ਸੀ ਪਤਾ ਉਹਨੂੰ ਅੰਗਰੇਜ਼ੀ ਬਿਲਕੁਲ ਨਹੀਂ ਆਉਂਦੀ ਉਹ ਨਾਲ ਬੰਦਾ ਸੀ ਉਹਨੂੰ ਵਕੀਲ ਕੋਈ ਉਹ ਕਹਿੰਦੇ ਵਕੀਲ ਸਾਹਿਬ ਇਹ ਇਹ ਬਾਬੂ ਜੀ ਕੋਈ ਕੀ ਕਹਿੰਦੇ ਆ ਉਹ ਕਹਿੰਦਾ ਜੀ ਬਾਬੂ ਜੀ ਕਹਿੰਦੇ ਆ ਵੀ ਗੋਲੀਆਂ ਲਾ ਦੇਵਾਂਗੇ ਤਾਂ ਮੈਨੂੰ ਕਹਿੰਦੇ ਤੂੰ ਸੰਤਾਂ ਨੂੰ ਮਸਕਰੀਆਂ ਕਰਦਾ ਅੱਛਾ ਆਪ ਹੀ ਕਹਿੰਦਾ ਹਾਂ ਮੈਂ ਕਹਿੰਦਾ ਜੀ ਮੈਂ ਮੈਂ ਤੁਹਾਨੂੰ ਮਸਕਰੀਆਂ ਨਹੀਂ ਕਰਦਾ ਤੁਸੀਂ ਮੈਨੂੰ ਮਸਕਰੀਆਂ ਕਰਦੇ ਆ ਤੁਸੀਂ ਮੈਂ ਕਹਿੰਦਾ ਇੱਕੋ ਹੀ ਰੱਟ ਲਈ ਕਿ ਮੈਂ ਵਾਲ ਰੱਖਾਂ ਮੈਂ ਕਿਹਾ ਤੁਸੀਂ ਇਹ ਵੀ ਕਿਹਾ ਤੂੰ ਆਦਮੀ ਨਹੀਂ ਹੈ ਜਦ ਦੇ ਬਾਡ ਹੋ ਜੂਵੇ ਤਾਂ ਸਾਨੀ ਹੁੰਦਾ ਤੁਸੀਂ ਹਰਾਮ ਦਾ ਵੀ ਕਿਹਾ ਮੈਂ ਕਿਹਾ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਮੈਂ ਕਿਹਾ ਤੁਹਾਨੂੰ ਨਹੀਂ ਪਤਾ ਮੈਂ ਕੌਣ ਆ ਮੈਨੂੰ ਪਤਾ ਤੁਸੀਂ ਕੌਣ ਆ ਤੂੰ ਕੌਣ ਆ ਮੈਂ ਕਿਹਾ ਮੈਂ ਜ세ਦਾਰ ਮੂਲਾ ਸਿੰਘ ਜਨਰਲ ਮੂਲਾ ਸਿੰਘ ਬਾਹਵਾਲ ਦਾ ਦੋਤਾ ਆ ਜਿਨੇ ਆਨੰਦਪੁਰ ਸਾਹਿਬ ਕੇਸਗੜ ਸਾਹਿਬ ਦੀਆਂ ਚਾਬੀਆਂ ਮੁਰਜੇ ਚ ਉਸ ਉਸ ਜ세 ਉਸ ਜ세 ਦੀ ਲੀਡਰਸ਼ਿਪ ਕੀਤੀ ਸੀ ਜਿਨੇ ਉਹ ਚਾਬੀਆਂ ਖੋਹੀਆਂ ਸੀ ਤਾਂ ਫੇਰ ਮੈਂ ਕਿਹਾ ਵੀ ਮੈਂ ਉਹਦੀ ਬੜੀ ਧੀ ਦਾ ਪੁੱਤ ਆ ਤੇ ਮੈਂ ਕਿਹਾ ਦੂਜੀ ਮੈਂ ਇਹ ਵੀ ਕਹਿੰਦਾ ਮੈਂ ਕਿਹਾ ਮੈਂ ਡਰਦਾ ਡਰਦਾ ਨਹੀਂ ਹੁੰਦਾ ਕਿਸੇ ਤੋਂ ਕਿਉਂਕਿ ਡਰ ਜਿਹੜਾ ਆ ਉਹਦੀ ਲੋੜ ਹੀ ਨਹੀਂ ਹੈ ਹਰ ਮਨੁੱਖ ਬਰਾਬਰ ਆ ਤੇ ਤੁਸੀਂ ਮੈਂ ਕਿਹਾ ਮੈਨੂੰ ਕੰਮ ਕਿਵੇਂ ਦੇਈ ਜਾਂਦੇ ਆ ਮੈਂ ਤਾਂ ਮਸਕਰੀ ਨਹੀਂ ਕੀਤੀ ਕੋਈ ਫੇਰ ਜੋ ਚੁੱਪ ਹੋ ਗਏ ਮੈਂ ਕਿਹਾ ਵੀ ਗੱਲ ਲੈਂਦਾ ਹਾਂ ਵੀ ਮੈਂ ਬਾੜ ਨਹੀਂ ਰੱਖਣਿਆ ਆਪਾਂ ਗੱਲ ਨਾ ਕਰੀਏ ਚੁੱਪ ਹੋ ਮੈਂ 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 ਫੋਟੋ ਲੈ ਮੈਂ ਕਿਹਾ ਹੁਣ ਜਾਣਾ ਤਾਂ ਹੈ ਨਾਲ ਨਿਕਲ ਗਏ ਤੁਸੀਂ ਮੈਂ ਕਿਹਾ ਇਹ ਫੋਟੋ ਲੈ ਲਈਏ ਨਹੀਂ ਕਹਿੰਦੇ ਫੋਟੋ ਨਹੀਂ ਤੁਸੀਂ ਲੈ ਸਕਦੇ ਫੋਟੋ ਤਾਂ ਲੈ ਸਕਦੇ ਜੇ ਇਹ ਸਹਿਮਤ ਹੋ ਤੁਸੀਂ ਬਾਹਰ ਰੱਖੇ ਮੈਂ ਇਹ ਬਾਹਰ ਨਹੀਂ ਮੈਂ ਰੱਖਣੀ ਮੈਂ ਕਿਹਾ ਜੰਗਾਫਤੇ ਫਿਰ ਦੈਨ ਦੈਟਸ ਹਾਉ ਦੈਟਸ ਹਾਉ ਵੀ ਕੇਮ ਐਂਡ ਦੈਨ ਨੈਕਸਟ ਡੇ ਮੈਂ ਮਿਸਟਰ ਲੌਂਗਵਾਰਡ ਨੂੰ ਮਿਲਿਆ ਤਕਰੀਬਨ 2-3 ਘੰਟੇ ਮੈਂ ਤੇ ਮੇਰੀ ਵਾਈਫ ਨਾਲ ਗੱਲਾਂ ਕਰਦੇ ਰਹੇ ਬਹੁਤ ਗੱਲਾਂ ਹੋਈਆਂ ਕਿ ਡਿਸਕਸ਼ਨਸ ਕਿੱਥੇ ਹੋਈਆਂ ਮਿੰਦਰ ਨਾਲ ਕੀ ਡਿਸਕਸ਼ਨਸ ਹੋ ਰਹੀਆਂ ਤੇ ਆਈ ਹੈ ਯੂ نو ਆਈ ਹੈਡ ਸਮ ਅੰਡਰਸਟੈਂਡਿੰਗ ਵੀ ਇੱਕ ਇੱਕ ਦੂਜੇ ਨਾਲ ਤਾਲਮੇਲ ਹੈ ਉਹਨਾਂ ਦਾ ਲੇਕਿਨ ਕਿਸੇ ਸਿੱਟੇ ਤੇ ਗੱਲ ਨਹੀਂ ਪਹੁੰਚਦੀ ਹੈ ਤੇ ਉਹ ਕਹਿੰਦੇ ਵੀ ਸਿੱਟੇ ਤੇ ਤਾਂ ਨਹੀਂ ਗੱਲ ਪਹੁੰਚਦੀ ਵੀ ਜਿਹੜਾ ਸੰਤ ਉੱਤੇ ਬੈਠਾ ਇਹ ਸਾਡੇ ਤੇ ਗੋਲੀਆਂ ਚਲਾਉਣ ਨੂੰ ਤਿਆਰ ਆ ਸਾਡੇ ਸਾਡੇ ਗਿੱਚੀ ਚ ਕੀ ਕਹਿੰਦੇ ਹੁੰਦੇ ਦਨਾਲੀ ਉਹ ਬੰਦੂਕ ਦਾ ਕੋਈ ਨਾਂ ਲੈ ਕੇ ਰੱਖਦਾ ਤੇ ਸਾਨੂੰ ਫੈਸਲਾ ਨਹੀਂ ਕਰਨ ਦੇ ਰਿਹਾ ਕੋਈ ਮੈਂ ਸਮਝ ਗਿਆ ਗੱਲ ਤਾਂ ਦ ਡਿਫਰੈਂਸ ਬੀਟਵੀਨ ਦ ਟੂ ਸੈਂਟਸ ਜਦੋਂ ਮੈਂ ਉਰਨ ਲੱਗਾ ਮੈਂ ਕਹੇ ਜੀ ਉਹਨਾਂ ਨੇ ਮੈਨੂੰ ਨਹੀਂ ਪੁੱਛਿਆ ਤੇ ਤੂੰ ਵਾਲ ਕਾ ਤੇ ਨਹੀਂ ਰੱਖੇ ਕੀ ਗੱਲ ਆ ਮੈਂ ਕਹੇ ਜੀ ਮੈਂ ਵੀ ਸਿੱਖਾਂ ਦਾ ਪੁੱਤ ਹਾਂ ਤੇ ਵਾਲ ਬੂਲ ਤਾਂ ਮੈਂ ਬਣਾਇਓ ਆ ਰੱਖਣ ਦਾ ਕੋਈ ਇਰਾਦਾ ਨਹੀਂ 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 ਕਾਕਾ ਜੇ ਤੂੰ ਹੁੰਦਾ ਰਹੇਂਗਾ ਤਾਂ ਰੱਖ ਲੈਣਾ ਮੈਂ ਕਿਹਾ ਠੀਕ ਹੈ ਜੀ ਸੋ ਫਿਰ ਅਸੀਂ ਅਹ ਥੋੜੇ ਦਿਨਾਂ ਬਾਅਦ ਇਹਨਾਂ ਤੋਂ ਬਾਅਦ ਤੁਸੀਂ ਫਿਰ ਪ੍ਰਾਇਮ ਮਿੰისტਰ ਨੂੰ ਮਿਲੇ ਹਾਂ ਫਿਰ ਦਿੱਲੀ ਅਸੀਂ ਜਾਣਾ ਸੀ 13 ਨੂੰ ਫਲਾਈਟ ਸੀ ਸਾਡੀ ਤੇ 11 ਨੂੰ ਉਹਨਾਂ ਦਾ ਉਦੋਂ ਕੀ ਮਨ ਸੀ ਕਿ ਕਿ ਨੇੜੇ ਹੀ ਆ ਗਿਆ ਸੀ 24 ਚ ਤਾਂ ਬਰਵਾਰਸਾ ਵਾਲਾ ਏਕਾਂਡ ਹੋ ਜਾਂਦਾ ਜੂਨ ਚ ਤਾਂ ਹਾਂ ਇਹ ਇਹ ਜਨਵਰੀ ਦੀ ਗੱਲ ਹੈ ਜਨਵਰੀ ਦੀ ਗੱਲ ਹੈ ਲੋੜੀ ਵਾਲੇ ਦਿਨ ਦੀ ਗੱਲ ਹੈ ਲੋੜੀ ਵਾਲੇ ਦਿਨ ਮੈਨੂੰ ਮਿਲਿਆ ਸੀ ਤੇ ਉਸ ਮੁਲਾਕਾਤ ਚ ਤੁਹਾਨੂੰ ਕੋਈ ਥੋੜਾ ਸੰਕੇਤ ਮਿਲਿਆ ਕਿ ਇਸ ਲੈਵਲ ਦੇ ਐਕਸ਼ਨ ਦੀ ਵੀ ਕੋਈ ਤਿਆਰੀ ਹੁੰਦੀ ਹੈ ਜਾਂ ਕੁਝ ਕੁਝ ਸੰਕੇਤ ਨਹੀਂ ਮਿਲਿਆ ਮੈਨੂੰ ਇੰਨਾ ਸੰਕੇਤ ਜ਼ਰੂਰ ਮਿਲਿਆ ਕਿ ਕੋਈ ਫੈਸਲਾ ਜਿਹੜਾ ਹੈ ਉਹ ਹੋ ਨਹੀਂ ਰਿਹਾ ਤੇ ਬੁਨਿਆਦੀ ਤੌਰ ਤੇ ਦੋਨਾਂ ਹੀ ਤਰ੍ਹਾਂ ਦੀ ਇਹ ਫੀਲਿੰਗ ਸੀ ਭਈ ਜੇ ਆਈ ਥਿੰਕ ਸੰਤ ਲੰਗੋਵਾਲ ਵੀ ਇਹ ਮਹਿਸੂਸ ਕਰਦੇ ਸੀ ਕਿ ਜੇ ਅਸੀਂ ਫੈਸਲਾ ਕਰ ਲਈਏ ਤਾਂ ਇਹਨੇ ਇਹਨੇ ਇਦਾਂ ਕੋ ਉਂਗਲੀ ਕਰਕੇ ਕਹਿੰਦੇ ਸੀ ਇਹ ਭਈ ਸੰਤਪਿੰਡਰ ਵਾਲੇ ਨੇ ਨਹੀਂ ਮੰਨਣਾ ਤੇ ਕੀ ਫਾਇਦਾ ਫਿਰ ਉਸ ਫੈਸਲੇ ਦਾ ਤੇ ਇਦਾਂ ਹੀ ਇੰਦਰਾ ਗਾਂਧੀ ਇਹ ਕਹਿੰਦੀ ਸੀ ਕਿ ਮੈਂ ਅਲਟੀਮੇਟਲੀ ਫੈਸਲਾ ਕਿਹਦੇ ਨਾਲ ਕਰਾਂ ਕਿਉਂਕਿ ਉਹ ਕਹਿੰਦੀ ਵੀ ਜਿਹੜੇ ਸਿੱਖ ਹੈ ਇਸ ਵੇਲੇ ਇਹਨਾਂ ਦੀ ਕੋਈ ਇੱਕ ਲੀਡਰਸ਼ਿਪ ਨਹੀਂ ਹੈ ਮੈਂ ਇੱਕ ਲੀਡਰਸ਼ਿਪ ਨਾਲ ਫੈਸਲਾ ਕਰ ਲੈਣੀ ਦੂਜੀ ਲੀਡਰਸ਼ਿਪ ਖੜ ਕੇ ਕਹਿੰਦੀ ਅਸੀਂ ਇਹ ਫੈਸਲੇ ਨੂੰ ਮੰਨਦੇ ਨਹੀਂ देयर ਸ਼ੁੱਡ ਬੀ ਸ਼ੀ ਯੂਜ਼ਡ ਦੀ ਐਕਸਪ੍ਰੈਸ਼ਨ देयर ਆਟ ਟੂ ਬੀ ਅ ਸੈਂਸ ਆਫ ਫਾਈਨਲਿਟੀ ਟੂ ਐਨ ਐਗਰੀਮੈਂਟ ਥੈਟ ਵਾਂਸ ਯੂ ਡੂ ਇਟ ਇਟਸ ਐਨ ਐਗਰੀਮੈਂਟ ਐਂਡ ਆਈ ਕੇਮ ਓਵਰ ਵਿਦ ਦੀ ਇੰਪ੍ਰੈਸ਼ਨ ਫਰਮ ਬੋਥ ਸਾਈਡਸ ਥੈਟ Uh, the, the problem happened to be that, that, um, Sant Pindranwale wasn't about to make a deal with them.